ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਕਿਰਪਾ ਕਰਕੇ ਇਹਨੂੰ ਪੂਰਾ ਜ਼ਰੂਰ ਸੁਣਿਓ, ਕਿਉਂਕਿ ਅੱਧੀ ਅਧੂਰੀ ਗੱਲ ਸੁਣਨ ਦੇ ਨਾਲ ਸਾਨੂੰ ਪੂਰੀ ਸਮਝ ਨਹੀਂ ਲੱਗਦੀ ਕਿ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਅੱਜ ਦੀ ਵੀਡੀਓ ਦੀ ਜੋ ਵੀ ਜਾਣਕਾਰੀ ਆ ਸਾਡੇ ਬਹੁਤ ਕੰਮ ਆਉਣ ਵਾਲੀ ਆ, ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਜੋ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਆ, ਭਜਨ ਬੰਦਗੀ ਕਰਦੇ ਆ, ਉਹ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ। ਅਤੇ ਵੀਡੀਓ ਸੁਣਨ ਤੋਂ ਬਾਅਦ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ। ਅਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤ ਜੀ, ਮਹਾਂਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਸਾਡੇ ਤਨ ਮਨ ਦੇ ਜੋ ਵੀ ਰੋਗ ਨੇ, ਜੋ ਵੀ ਸਾਡੀਆਂ ਦੁੱਖ ਤਕਲੀਫਾਂ ਨੇ, ਇਹਨਾਂ ਦੀ ਇੱਕੋ ਇੱਕ ਦਵਾਈ ਆ, ਉਹ ਹੈ ਭਜਨ ਬੰਦਗੀ, ਨਾਮ ਬਾਣੀ। ਜੇਕਰ ਅੰਮ੍ਰਿਤ ਵੇਲੇ ਉੱਠ ਰਹੇ ਹਾਂ, ਗੁਰਬਾਣੀ ਦਾ ਪਾਠ ਕਰ ਰਹੇ ਹਾਂ, ਭਜਨ ਬੰਦਗੀ ਕਰ ਰਹੇ ਹੋ, ਜਾਂ ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰੀ ਲੰਘ ਰਹੀ ਆ ਨਾ, ਸਮਝੋ ਸਾਡੇ ਦੁੱਖਾਂ ਦਾ, ਸਾਡੇ ਰੋਗਾਂ ਦਾ ਇਲਾਜ ਹੋ ਰਿਹਾ ਹੈ। ਸਾਡੇ ਹਰ ਦੁੱਖ ਰੋਗ ਦਾ ਇਲਾਜ ਅੰਮ੍ਰਿਤ ਵੇਲਾ ਅਤੇ ਅੰਮ੍ਰਿਤ ਵੇਲੇ ਦੀ ਬੰਦਗੀ ਆ। ਪਰ ਆਪਾਂ ਸਭ ਜਾਣਦੇ ਹਾਂ ਕਿ ਜਦੋਂ ਆਪਾਂ ਕੋਈ ਵੀ ਦਵਾਈ ਖਾਂਦੇ ਹਾਂ ਤਾਂ ਨਾਲ ਪਰਹੇਜ਼ ਕਰਨਾ ਬਹੁਤ ਜ਼ਰੂਰੀ ਆ। ਜਿਵੇਂ ਕਿ ਸਾਡੇ ਸਰੀਰ ਨੂੰ ਕੋਈ ਦੁੱਖ ਰੋਗ ਲੱਗਦਾ ਤਾਂ ਆਪਾਂ ਡਾਕਟਰ ਕੋਲ ਦਵਾਈ ਲੈਣ ਜਾਂਦੇ ਹਾਂ ਨਾ, ਤਾਂ ਡਾਕਟਰ ਵੀ ਚੈੱਕਅਪ ਕਰਨ ਤੋਂ ਬਾਅਦ ਸਾਨੂੰ ਦਵਾਈ ਦਿੰਦਾ ਹੈ। ਦਵਾਈ ਦੇਣ ਦੇ ਨਾਲ ਨਾਲ ਪਰਹੇਜ਼ ਵੀ ਦੱਸਦਾ ਹੈ, ਕਿਉਂਕਿ ਦਵਾਈ ਦੇ ਨਾਲ ਪਰਹੇਜ਼ ਕਰਨਾ ਹੀ ਪੈਂਦਾ ਹੈ। ਕਦੇ ਕੋਈ ਐਸਾ ਡਾਕਟਰ ਨਹੀਂ ਦੇਖਿਆ ਹੋਵੇਗਾ ਜੋ ਸ਼ੂਗਰ ਦੇ ਮਰੀਜ਼ ਨੂੰ ਇਹ ਕਵੇ ਵੀ ਤੂੰ ਆਹ ਦਵਾਈ ਵੀ ਖਾ ਲਾ, ਨਾਲ ਨਾਲ ਮਿੱਠਾ ਵੀ ਖਾਈ ਜਾਵੇ। ਨਹੀਂ, ਕਹਿੰਦੇ ਨਾ ਪਰਹੇਜ਼, ਡਾਕਟਰ ਪਰਹੇਜ਼ ਪਹਿਲਾਂ ਦੱਸੇਗਾ, ਅਤੇ ਪਰਹੇਜ਼ ਕਰਾਂਗੇ ਤਾਂ ਹੀ ਦਵਾਈ ਅਸਰ ਕਰਦੀ ਆ, ਨਹੀਂ ਤਾਂ ਖਾਧੀ ਹੋਈ ਦਵਾਈ ਦਾ ਵੀ ਸਾਡੇ ਸਰੀਰ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਉਸੇ ਹੀ ਤਰ੍ਹਾਂ ਜਦੋਂ ਆਪਾਂ ਭਜਨ ਬੰਦਗੀ ਕਰਦੇ ਹਾਂ, ਨਾਮ ਜਪਦੇ ਹਾਂ, ਤਾਂ ਨਾਲ ਨਾਲ ਪਰਹੇਜ਼ ਕਰਨੇ ਵੀ ਬਹੁਤ ਜ਼ਰੂਰੀ ਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਭ ਤੋਂ ਵੱਡਾ ਪਰਹੇਜ਼ ਸਾਨੂੰ ਦੱਸਿਆ ਹੈ, ਭਾਵ ਕਿ ਸਾਨੂੰ ਸੁਚੇਤ ਕੀਤਾ ਹੈ ਕਿ ਇਹ ਗਲਤੀ ਨਾ ਕਰਿਓ ਜੇ, ਕਿਉਂਕਿ ਇੱਕ ਗਲਤੀ ਐਸੀ ਆ ਜੋ ਅਸੀਂ ਰੋਜ਼ ਰੋਜ਼ ਕਰਦੇ ਹਾਂ, ਅਤੇ ਇਸ ਗਲਤੀ ਕਰਕੇ ਅਸੀਂ ਆਪਣੇ ਸਾਰੇ ਚੰਗੇ ਕਰਮ, ਆਪਣੀ ਭਜਨ ਬੰਦਗੀ, ਆਪਣੀ ਨੇਕ ਕਮਾਈ ਆਪਣੇ ਹੱਥੀ ਰੋੜ ਦਿੰਦੇ ਹਾਂ। ਇਸ ਮਾੜੇ ਕੰਮ ਤੋਂ ਸਾਨੂੰ ਗੁਰੂ ਸਾਹਿਬ ਜੀ ਨੇ ਵਰਜਿਆ ਹੈ। ਇਹ ਮਾੜਾ ਕੰਮ ਕਰਨ ਦੇ ਸਾਨੂੰ ਕੀ ਨੁਕਸਾਨ ਨੇ, ਇਹ ਮਾੜਾ ਕੰਮ ਕਿਹੜਾ ਹੈ ਅਤੇ ਇਹਦੇ ਕੀ ਨੁਕਸਾਨ ਨੇ, ਇਹ ਸਮਝਣ ਦੇ ਲਈ ਇੱਕ ਨਿੱਕੀ ਜਿਹੀ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ, ਫਿਰ ਉਸ ਤੋਂ ਅੱਗੇ ਦੀ ਗੱਲਬਾਤ ਕਰਦੇ ਹਾਂ। ਸੰਗਤ ਜੀ, ਇੱਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਦੇਸ਼ ਦਾ ਰਾਜਾ ਜੋ ਕਿ ਬਹੁਤ ਧਰਮੀ, ਭਜਨ ਬੰਦਗੀ ਕਰਨ ਵਾਲਾ, ਬੜੇ ਪੁੰਨ ਦੇ ਕੰਮ ਕਰਦਾ, ਅਤੇ ਕਹਿੰਦੇ ਰਾਜੇ ਦਾ ਰੋਜ਼ ਦਾ ਨੇਮ ਸੀ ਕਿ ਉਹਨੇ ਖਾਣਾ ਖਾਣ ਤੋਂ ਪਹਿਲਾਂ ਕਈ ਬ੍ਰਾਹਮਣਾਂ ਨੂੰ ਭੋਜਨ ਖਵਾਉਣਾ, ਗਰੀਬ ਲੋੜਵੰਦਾਂ ਨੂੰ ਭੋਜਨ ਛਕਾਉਣਾ, ਫਿਰ ਆਪ ਭੋਜਨ ਛਕਣਾ। ਕਹਿੰਦੇ ਇਹ ਕਿਸੇ ਇੱਕ ਦਿਨ ਦਾ ਕੰਮ ਨਹੀਂ ਸੀ, ਰੋਜ਼ ਦਾ ਕੰਮ ਸੀ ਉਸ ਰਾਜੇ ਦਾ। ਇਸ ਕਰਕੇ ਉਹਦੀ ਨੇਕ ਕਮਾਈ ਬਹੁਤ ਵੱਧ ਗਈ ਸੀ, ਬਹੁਤ ਸਾਰੇ ਉਹਨੇ ਪੁੰਨ ਇਕੱਠੇ ਕਰ ਲਏ। ਪਰ ਕਹਿੰਦੇ ਇੱਕ ਦਿਨ ਕੀ ਹੋਇਆ ਕਿ ਜਦੋਂ ਹੀ ਬ੍ਰਾਹਮਣਾਂ ਦੇ ਲਈ ਭੋਜਨ ਤਿਆਰ ਹੋ ਰਿਹਾ ਸੀ, ਤਾਂ ਕਹਿੰਦੇ ਬਣਦੇ ਹੋਏ ਭੋਜਨ ਦੇ ਵਿੱਚ ਇੱਕ ਜ਼ਹਿਰੀਲੀ ਚੀਜ਼ ਡਿੱਗ ਗਈ। ਉਹ ਜ਼ਹਿਰੀਲੀ ਚੀਜ਼ ਇਸ ਤਰ੍ਹਾਂ ਡਿੱਗੀ ਕਿ ਉੱਪਰ ਦੀ ਕੋਈ ਪੰਛੀ
ਆਪਣੇ ਮੂੰਹ ਦੇ ਵਿੱਚ ਮਰਿਆ ਹੋਇਆ ਸੱਪ ਲੈ ਕੇ ਉੱਡ ਰਿਹਾ ਸੀ। ਗਲਤੀ ਦੇ ਨਾਲ ਉਹ ਪੰਛੀ ਦੇ ਮੂੰਹੋਂ ਮਰਿਆ ਹੋਇਆ ਸੱਪ ਛੁੱਟ ਗਿਆ ਅਤੇ ਉਹ ਸਿੱਧਾ ਆ ਕੇ ਬ੍ਰਾਹਮਣਾਂ ਦੇ ਬਣ ਰਹੇ ਭੋਜਨ ਦੇ ਵਿੱਚ ਡਿੱਗ ਗਿਆ। ਹੁਣ ਕਹਿੰਦੇ ਸਾਰਾ ਭੋਜਨ ਜ਼ਹਿਰੀਲਾ ਹੋ ਗਿਆ। ਰਾਜੇ ਨੂੰ ਨਹੀਂ ਪਤਾ, ਸੇਵਾਦਾਰਾਂ ਨੂੰ ਨਹੀਂ ਪਤਾ, ਨਾ ਬ੍ਰਾਹਮਣਾਂ ਨੂੰ ਪਤਾ। ਅਣਜਾਣੇ ਦੇ ਵਿੱਚ ਬਹੁਤ ਵੱਡੀ ਗਲਤੀ ਹੋ ਗਈ। ਉਹ ਜ਼ਹਿਰੀਲਾ ਭੋਜਨ ਬ੍ਰਾਹਮਣਾਂ ਨੇ ਛਕ ਲਿਆ, ਸਾਰੇ ਬ੍ਰਾਹਮਣਾਂ ਦੀ ਮੌਤ ਹੋ ਗਈ। ਕਹਿੰਦੇ ਸਾਰੇ ਪਾਸੇ ਹਾਹਾਕਾਰ ਮੱਚ ਗਈ ਵੀ ਰਾਜੇ ਦੇ ਮਹਿਲ ਦੇ ਵਿੱਚ ਜ਼ਹਿਰੀਲਾ ਭੋਜਨ ਛਕਣ ਕਰਕੇ ਕਈ ਬ੍ਰਾਹਮਣਾਂ ਦੀ ਮੌਤ ਹੋ ਗਈ ਆ। ਕਹਿੰਦੇ ਰਾਜਾ ਵੀ ਬੜੀ ਚਿੰਤਾ ਦੇ ਵਿੱਚ, ਕਿਉਂਕਿ ਰਾਜਾ ਤਾਂ ਬਹੁਤ ਨੇਕ ਦਿਲ ਇਨਸਾਨ, ਉਹ ਤਾਂ ਨੇਕ ਇਰਾਦੇ ਦੇ ਨਾਲ ਬ੍ਰਾਹਮਣਾਂ ਨੂੰ ਭੋਜਨ ਛਕਾਉਂਦਾ, ਨੇਕ ਕੰਮ ਕਰਦਾ ਸੀ, ਆਪਣੇ ਚੰਗੇ ਕਰਮ ਬਣਾ ਰਿਹਾ ਸੀ। ਮਾੜਾ ਕੰਮ ਕਰਨ ਤੋਂ ਤਾਂ ਉਹ ਬਹੁਤ ਡਰਦਾ, ਪਰ ਇਹ ਗਲਤੀ ਹੁਣ ਉਹਦੇ ਤੋਂ ਅਣਜਾਣੇ ਵਿੱਚ ਹੋ ਗਈ। ਇਸ ਗਲਤੀ ਦਾ ਉਹਦੇ ਮਨ ਦੇ ਉੱਤੇ ਬੜਾ ਬੋਝ, ਬੜੀ ਚਿੰਤਾ ਕਿ ਇੰਨਾ ਵੱਡਾ ਪਾਪ ਮੇਰੇ ਸਿਰ ਚੜ ਗਿਆ। ਕਹਿੰਦੇ ਇੱਧਰ ਰਾਜੇ ਨੇ ਤਾਂ ਚਿੰਤਾ ਕਰਨੀ ਹੀ, ਰਾਜੇ ਦੀ ਪ੍ਰਜਾ ਦੇ ਵਿੱਚ ਤਾਂ ਹਾਹਾਕਾਰ ਮੱਚਣੀ ਸੀ। ਕਹਿੰਦੇ ਧਰਮਰਾਜ ਦੀ ਕਚਹਿਰੀ ਦੇ ਵਿੱਚ ਵੀ ਹਾਹਾਕਾਰ ਮੱਚ ਗਈ, ਕਿਉਂਕਿ ਉੱਥੇ ਸਮਝ ਹੀ ਨਹੀਂ ਸੀ ਲੱਗ ਰਹੀ ਕਿ ਏਡੇ ਵੱਡੇ ਪਾਪ ਦਾ ਦੋਸ਼ ਕਿਹਨੂੰ ਦਈਏ। ਕਹਿੰਦੇ ਕੋਈ ਕਵੇ ਵੀ ਇਹ ਸਾਰਾ ਦੋਸ਼ ਉਸ ਪੰਛੀ ਦਾ ਹੈ ਜਿਹਨੇ ਮੂੰਹ ਦੇ ਵਿੱਚ ਮਰਿਆ ਹੋਇਆ ਸੱਪ ਲਿਆ ਕੇ ਵਿੱਚ ਸੁੱਟਿਆ। ਪਰ ਧਰਮਰਾਜ ਨੇ ਕਿਹਾ ਵੀ ਉਹ ਪੰਛੀ ਦੀ ਕੋਈ ਗਲਤੀ ਨਹੀਂ ਆ, ਮਰਿਆ ਹੋਇਆ ਸੱਪ ਉਸ ਪੰਛੀ ਦਾ ਭੋਜਨ ਸੀ, ਉਹ ਤਾਂ ਆਪਣਾ ਭੋਜਨ ਲੈ ਕੇ ਉੱਡ ਰਿਹਾ, ਗਲਤੀ ਦੇ ਨਾਲ ਉਹਦੇ ਮੂੰਹੋਂ ਛੁੱਟ ਗਿਆ। ਕਿਸੇ ਨੇ ਕਿਹਾ ਇਹ ਸਾਰਾ ਦੋਸ਼ ਸੱਪ ਦੇ ਸਿਰ ਮੜ ਦਿੰਦੇ ਆ, ਉਹ ਵੀ ਰਿਜੈਕਟ ਕਰ ਦਿੱਤਾ, ਕਿਹਾ ਕਿ ਉਹ ਤਾਂ ਖੁਦ ਮਰਿਆ ਸੀ, ਉਹਨੂੰ ਤਾਂ ਪਤਾ ਹੀ ਨਹੀਂ। ਕਿਸੇ ਨੇ ਕਿਹਾ ਵੀ ਇਹ ਸਾਰਾ ਦੋਸ਼ ਰਾਜੇ ਦਾ ਹੈ, ਰਾਜੇ ਨੂੰ ਧਿਆਨ ਰੱਖਣਾ ਚਾਹੀਦਾ ਸੀ, ਇਹ ਸਾਰਾ ਕੰਮ ਰਾਜੇ ਦੇ ਘਰ ਦੇ ਵਿੱਚ ਹੋਇਆ ਹੈ ਤਾਂ ਇਹ ਸਾਰਾ ਦੋਸ਼ ਰਾਜੇ ਦੇ ਸਿਰ ਹੀ ਆਵੇਗਾ। ਕਹਿੰਦੇ ਹੁਣ ਕੁਝ ਵੀ ਸਮਝ ਨਹੀਂ ਸੀ ਲੱਗ ਰਹੀ। ਕਹਿੰਦੇ ਧਰਮਰਾਜ ਦੀ ਕਚਹਿਰੀ ਦੇ ਵਿੱਚ ਅਜੇ ਇਹ ਵਿਚਾਰ ਵਟਾਂਦਰਾ ਚੱਲ ਹੀ ਰਿਹਾ ਸੀ ਕਿ ਇਹ ਸਾਰਾ ਦੋਸ਼ ਕਿਹਨੂੰ ਦਈਏ, ਸਬੂਤ ਤਾਂ ਸਾਰੇ ਰਾਜੇ ਵੱਲ ਜਾ ਰਹੇ ਨੇ, ਰਾਜਾ ਹੀ ਦੋਸ਼ੀ ਪਾਇਆ ਜਾ ਰਿਹਾ ਹੈ। ਪਰ ਕਹਿੰਦੇ ਇਕਦਮ ਧਰਮਰਾਜ ਨੇ ਸਾਰਿਆਂ ਨੂੰ ਚੁੱਪ ਕਰਾ ਦਿੱਤਾ। ਧਰਮਰਾਜ ਦਾ ਧਿਆਨ ਧਰਤੀ ਤੇ ਪਿਆ, ਰਾਜੇ ਦੇ ਮਹਿਲ ਦੇ ਅੱਗੇ। ਕਹਿੰਦੇ ਰਾਜੇ ਦੇ ਮਹਿਲ ਦੇ ਅੱਗੋਂ ਦੀ ਦੋ ਬੰਦੇ ਲੰਘ ਰਹੇ ਸਨ। ਉਹ ਦੋ ਬੰਦਿਆਂ ਨੂੰ ਅੱਗੋਂ ਦੀ ਇੱਕ ਬ੍ਰਾਹਮਣ ਮਿਲ ਗਿਆ। ਉਹ ਬ੍ਰਾਹਮਣ ਨੇ ਕਿਹਾ ਭਾਈ ਇਹ ਉਹੀ ਰਾਜਾ ਹੈ ਜਿਹੜਾ ਬ੍ਰਾਹਮਣਾਂ ਨੂੰ ਰੋਜ਼ ਭੋਜਨ ਛਕਾ ਕੇ ਫਿਰ ਭੋਜਨ ਛਕਦਾ ਹੈ। ਤਾਂ ਕਹਿੰਦੇ ਉਹ ਬੰਦੇ ਪਹਿਲਾਂ ਤਾਂ ਹੱਸੇ, ਫਿਰ ਕਹਿਣ ਲੱਗੇ ਹਾਂ ਹਾਂ ਇਹ ਉਹੀ ਰਾਜਾ ਹੈ, ਜਾਂ ਤੂੰ ਭੋਜਨ ਛਕ ਅਤੇ ਮਰ, ਬ੍ਰਾਹਮਣਾਂ ਨੂੰ ਜ਼ਹਿਰੀਲਾ ਭੋਜਨ ਖਵਾ ਖਵਾ ਕੇ ਮਾਰ ਰਿਹਾ ਹੈ, ਜਾਂ ਛਕ ਲਾ ਤੂੰ। ਧਰਮਰਾਜ ਨੇ ਕਿਹਾ ਲਓ ਬਈ ਹੋ ਗਿਆ ਫੈਸਲਾ, ਇਹ ਸਾਰਾ ਦੋਸ਼ ਇਹ ਦੋ ਬੰਦਿਆਂ ਦੇ ਖਾਤੇ ਦੇ ਵਿੱਚ ਪਾ ਦਿਓ। ਧਰਮਰਾਜ ਦੀ ਕਚਹਿਰੀ ਦੇ ਵਿੱਚ ਸਾਰੇ ਹੈਰਾਨ ਹੋ ਗਏ, ਕਹਿਣ ਲੱਗੇ ਵੀ ਇਹ ਦੋ ਬੰਦਿਆਂ ਦਾ ਤਾਂ ਕੋਈ ਉਸ ਘਟਨਾ ਦੇ ਨਾਲ ਲੈਣਾ ਦੇਣਾ ਹੀ ਨਹੀਂ ਆ, ਇਹਨਾਂ ਦੇ ਉੱਤੇ ਸਾਰਾ ਦੋਸ਼ ਕਿਵੇਂ ਪੈ ਗਿਆ। ਤਾਂ ਕਹਿੰਦੇ ਧਰਮਰਾਜ ਨੇ ਕਿਹਾ ਤੁਸੀਂ ਭੁੱਲ ਗਏ ਹੋ, ਇਹ ਕੁਦਰਤ ਦਾ ਨਿਯਮ ਆ ਕਿ ਜੋ ਮਨੁੱਖ ਕਿਸੇ ਦੀ ਵੀ ਨਿੰਦਿਆ ਚੁਗਲੀ ਕਰਦਾ ਹੈ ਉਹਦੇ ਸਾਰੇ ਦੋਸ਼, ਉਹਦੇ ਸਾਰੇ ਮਾੜੇ ਕਰਮ, ਉਹਦੀ ਮਹਿਲ ਨਿੰਦਿਆ ਚੁਗਲੀ ਕਰਨ ਵਾਲੇ ਬੰਦੇ ਦੇ ਉੱਤੇ ਪੈ ਜਾਂਦੀ ਹੈ। ਇਸ ਕਰਕੇ ਇਹਨਾਂ ਬੰਦਿਆਂ ਦਾ ਰਾਜੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਬ੍ਰਾਹਮਣਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਪਰ ਫਿਰ ਵੀ ਇਹਨਾਂ ਨੇ ਉਹ ਰਾਜੇ ਦੀ ਨਿੰਦਿਆ ਚੁਗਲੀ ਕੀਤੀ, ਉਹਦੀ ਬੁਰਾਈ ਕੀਤੀ ਜਾਂ ਕੁਛ ਪੁੱਛੇ। ਇਸ ਕਰਕੇ ਰਾਜੇ ਦਾ ਜੋ ਵੀ ਦੋਸ਼ ਬਣ ਰਿਹਾ ਸੀ ਨਾ, ਇਹ ਸਾਰਾ ਦੋਸ਼ ਇਹਨਾਂ ਦੇ ਸਿਰ ਪਵੇਗਾ, ਇਹਨਾਂ ਨੂੰ ਹੀ ਉਹਦੀ ਸਜ਼ਾ ਮਿਲੇਗੀ। ਸੋ ਇਸ ਕਹਾਣੀ, ਇਸ ਸਾਖੀ ਦੇ ਰਾਹੀਂ ਮਹਾਂਪੁਰਖ ਜੀ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਈ ਨਿੰਦਿਆ ਚੁਗਲੀ ਕਰਨੀ ਜਾਂ ਸੁਣਨੀ ਕਿੰਨਾ ਵੱਡਾ ਪਾਪ ਆ, ਕਿੰਨਾ ਵੱਡਾ ਮਾੜਾ ਕਰਮ ਆ। ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਜਾਂ ਸੁਣਦੇ ਹਾਂ,
ਤਾਂ ਸਮਝੋ ਉਹਦੇ ਸਾਰੇ ਪਾਪ ਮਾੜੇ ਕਰਮ ਉਹਦੀ ਮੈਲ ਆਪਣੇ ਸਿਰ ਤੇ ਚੁੱਕ ਲੈਂਦੇ ਆ। ਤਾਂ ਇਹ ਨਿੰਦਿਆ ਚੁਗਲੀ ਕਰਨ ਸੁਣਨ ਦੋਵਾਂ ਤੋਂ ਬਚਣਾ ਹੈ, ਦੋਵਾਂ ਦਾ ਬਰਾਬਰ ਹੀ ਸਜ਼ਾ ਮਿਲਦੀ ਆ। ਤਾਂ ਜਦੋਂ ਵੀ ਸਵੇਰੇ ਉੱਠਦੇ ਆ, ਭਜਨ ਬੰਦਗੀ ਕਰਦੇ ਆ, ਨਾਮ ਜਪਦੇ ਆ, ਉਹ ਸਾਡੇ ਨੇਕ ਕਰਮ ਬਣਦੇ ਆ। ਨੇਕ ਕਰਮ ਕਮਾ ਕੇ, ਨੇਕ ਕਮਾਈ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਰੋਜ਼ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਵੀ ਸਤਿਗੁਰ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਕਿਰਪਾ ਕਰਕੇ ਇਹ ਨੇਕ ਕਮਾਈ ਮੇਰੇ ਤੋਂ ਕਰਵਾ ਲਈ ਆਣਾ, ਹੁਣ ਇਸ ਕਮਾਈ ਨੂੰ ਸੰਭਾਲਣ ਦਾ ਵੀ ਚੱਜ ਬਖਸ਼ੋ। ਸਤਿਗੁਰ ਸੱਚੇ ਪਾਤਸ਼ਾਹ ਇਹ ਕਮਾਈ ਨੂੰ ਮੈਂ ਸੰਭਾਲ ਪਾਵਾਂ, ਮੇਰੇ 'ਤੇ ਇਹ ਕਿਰਪਾ ਕਰੋ, ਮੈਨੂੰ ਉਹਨਾਂ ਸਾਰੀਆਂ ਮਾੜੀਆਂ ਆਦਤਾਂ, ਉਹਨਾਂ ਸਾਰੇ ਔਗੁਣਾਂ ਤੋਂ ਦੂਰ ਰੱਖਣਾ ਜੋ ਮੇਰੀ ਨੇਕ ਕਮਾਈ ਨੂੰ ਰੋੜ ਕੇ ਲੈ ਜਾਂਦੇ ਆ। ਮਹਾਂਪੁਰਖ ਜੀ ਕਹਿੰਦੇ ਜਦੋਂ ਸਵੇਰੇ ਸਵੇਰ ਆਪਣੇ ਘਰ ਦਾ ਦਰਵਾਜ਼ਾ ਖੋਲ੍ਹੋ, ਘਰ ਦਾ ਦਰਵਾਜ਼ਾ ਖੋਲ੍ਹਣ ਲੱਗਿਆਂ ਵੀ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰੋ, ਕਿਸੇ ਵੀ ਸ਼ਬਦ ਦਾ ਜਾਪ ਕਰ ਲਓ, ਪਰ ਗੁਰੂ ਅੱਗੇ ਇਹ ਅਰਦਾਸ ਬੇਨਤੀ ਜ਼ਰੂਰ ਕਰੋ ਵੀ ਸਤਿਗੁਰ ਸੱਚੇ ਪਾਤਸ਼ਾਹ ਇਸ ਘਰ ਦੇ ਅੰਦਰ ਕੋਈ ਵੀ ਐਸਾ ਜੀ ਨਾ ਆਵੇ ਜੋ ਲੋਕਾਂ ਦਾ ਪਾਪ, ਲੋਕਾਂ ਦੀ ਮੈਲ ਚੁੱਕ ਲਿਆਵੇ, ਭਾਵ ਕਿ ਇਸ ਘਰ ਦੀ ਦਹਿਲੀਜ਼ ਦੇ ਅੰਦਰ ਕੋਈ ਵੀ ਨਿੰਦਿਆ ਚੁਗਲੀ ਕਰਨ ਵਾਲਾ ਬੰਦਾ ਨਾ ਆਵੇ। ਜੇ ਕੋਈ ਐਸਾ ਜੀ ਸਾਡੇ ਘਰ ਦੇ ਵਿੱਚ ਆਉਣਾ ਚਾਹੇ, ਤੁਸੀਂ ਉਹਨੂੰ ਬਾਹਰ ਹੀ ਰੋਕ ਲੈਣਾ, ਬਾਹਰ ਹੀ ਸੰਭਾਲ ਰਹਿਣਾ। ਸਤਿਗੁਰ ਸੱਚੇ ਪਾਤਸ਼ਾਹ ਮੈਂ ਨਾ ਹੀ ਕਿਸੇ ਦੀ ਨਿੰਦਿਆ ਚੁਗਲੀ ਕਰਾਂ, ਨਾ ਹੀ ਸੁਣਾ, ਇਹ ਕਿਰਪਾ ਤੁਸੀਂ ਹੀ ਮੇਰੇ 'ਤੇ ਕਰ ਸਕਦੇ ਹੋ, ਮੈਨੂੰ ਤੁਸੀਂ ਹੀ ਇਸ ਪਾਪ ਤੋਂ ਬਚਾ ਸਕਦੇ ਹੋ। ਰੋਜ਼ ਰੋਜ਼ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ, ਕਿਉਂਕਿ ਇਹ ਅਰਦਾਸ ਬੇਨਤੀ ਕਰਨੀ ਸਭ ਤੋਂ ਜ਼ਰੂਰੀ ਆ। ਇਹ ਕੰਮ ਆਪਾਂ ਸਭ ਤੋਂ ਜ਼ਿਆਦਾ ਕਰਦੇ ਹਾਂ ਅਤੇ ਕਰਕੇ ਮੰਨਦੇ ਵੀ ਨਹੀਂ, ਕਰਨ 'ਚ ਆਨੰਦ ਵੀ ਬੜਾ ਆਉਂਦਾ, ਪਤਾ ਹੀ ਨਹੀਂ ਲੱਗਦਾ ਵੀ ਘੰਟਿਆਂ ਬੱਧੀ ਕਈ ਵਾਰ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਰਹਿੰਦੇ ਹਾਂ ਜਾਂ ਫਿਰ ਸੁਣਦੇ ਰਹਿੰਦੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹਦੀ ਨਿੰਦਿਆ ਚੁਗਲੀ ਅਸੀਂ ਕਰ ਰਹੇ ਹਾਂ ਨਾ, ਉਹ ਤਾਂ ਬਖਸ਼ਿਆ ਜਾ ਰਿਹਾ ਹੈ, ਉਹਦੀ ਮੈਲ ਸਾਫ਼ ਹੋ ਰਹੀ ਆ ਅਤੇ ਉਹਦੀ ਸਾਰੀ ਮੈਲ, ਉਹਦੇ ਪਾਪ ਸਾਡੇ ਸਿਰ 'ਤੇ ਚੜ੍ਹ ਰਹੇ ਨੇ। ਤਾਂ ਜੇਕਰ ਨੇਕ ਕਮਾਈ ਕਰਦੇ ਹੋ ਤਾਂ ਨੇਕ ਕਮਾਈ ਨੂੰ ਸੰਭਾਲਣਾ ਵੀ ਜ਼ਰੂਰੀ ਆ। ਇਹੋ ਗੱਲ ਯਾਦ ਰੱਖਣੀ ਵੀ ਨਿੰਦਿਆ ਚੁਗਲੀ ਕਰਨੀ ਜਾਂ ਸੁਣਨੀ, ਇਹ ਸਾਡੀ ਸਾਰੀ ਨੇਕ ਕਮਾਈ ਨੂੰ ਮੁੜ ਕੇ ਲੈ ਜਾਂਦੀ ਹੈ। ਨਿੰਦਿਆ ਚੁਗਲੀ ਕਰਨ ਵਾਲਿਆਂ ਤੋਂ ਦੂਰ ਰਹਿਣਾ ਹੈ, ਨਾ ਹੀ ਨਿੰਦਿਆ ਚੁਗਲੀ ਕਰਨੀ, ਨਾ ਸੁਣ